بسم اللہ الرحمن الرحیم، شروع اللہ کے نام سے جو بڑا مہربان نہایت رحم کرنے والا ہے۔ دوستو بزرگو، تسی ویندے پے جے بزنس ٹاکس افیشل، میں تہاڈا میزبان اے جی اظہر خان، اج پھر وچھے لے تے آ گیا، او وی دندے تے کمال دا مال، ماشاءاللہ قربانی دے سستے وچھے، نالے مال ویکھو، نالے رنگ ویکھو، نالے ساؤتھ سیل وچھے، ਇਹ ਜਿਹਾ ਮਾਲ ਤੁਹਾਨੂੰ ਨਹੀਂ ਉਹ ਲੱਭਣਾ ਤੇ ਛੇਤੀ ਛੇਤੀ ਕਰ ਲਓ ਤੇ ਘਰ ਦੇ ਬੱਚਿਆਂ ਵਾਸਤੇ ਰੌਣਕਾਂ ਬਹਾਲ ਕਰ ਲਓ ਤੇ ਚੱਲਨੇ ਆ ਇਸ ਬਜ਼ੁਰਗ ਦੇ ਕੋਲ ਔਰ ਇਹਨਾਂ ਦੀ ਜ਼ਬਾਨੀ ਸਭ ਕੁਝ। ਅਸਲਾਮ ਅਲੈਕਮ। ਵਾਲੇਕਮ ਸਲਾਮ ਜੀ, ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਸਭ ਤੋਂ ਪਹਿਲਾਂ ਬੁੱਲੇ ਆਪਦਾ ਨਾਂ ਦੱਸ ਤੇ ਨਾਲੇ ਆਪਦੇ ਪਿੰਡ ਦਾ ਵੀ ਨਾਂ ਦੱਸ। ਮੇਰਾ ਨਾਂ ਹੈ ਮੁਹੰਮਦ ਹਨੀਫ, ਚੌਕ ਦੋ ਡੀ ਚੱਕ ਦੋ ਡੀ ਬਲੋਚਾਂ ਵਾਲੇ। ਅੱਛਾ। ਜ਼ਿਲ੍ਹਾ ਉਕਾੜਾ, ਤਹਿਸੀਲ ਦੀਪਾਲਪੁਰ। ਅੱਛਾ। ਉੱਥੋਂ ਜੀ 30 ਕਿਲੋਮੀਟਰ ਦੀਪਾਲਪੁਰ ਤੋਂ ਆਪਣਾ ਫਾਰਮ ਹੈਗਾ ਕੌੜੇ ਸਿਆਲ। ਕੌੜੇ ਸਿਆਲ ਪੈਟਰੋਲੀ ਚੌਕੀ ਚੌਕੀ ਥੱਲੇ 2 ਕਿਲੋਮੀਟਰ ਤੇ। ਅੱਛਾ, ਪਿੰਡ ਹੈ? ਪਿੰਡ ਹੈ। ਅੱਛਾ ਅੱਛਾ। ਆਪ ਮਾਲ ਲੈਂਦਾ ਤੇ ਚੰਗਾ ਸੋਹਣਾ ਲੈਂਦਾ। ਅੱਛਾ। ਤੇ ਜੂੰ ਦਾ ਮਾਲ ਲੈਂਦਾ ਤੇ ਵੱਡੇ ਮੁੰਡੇ ਦਾ ਨਹੀਂ ਹੈਗਾ, ਚਰਾਨ ਦਾ ਮਾਲ ਹੈ ਤੇ ਪੱਠਿਆਂ ਦਾ ਲੈਂਦਾ, ਜਿਹੜੇ ਪੱਠੇ ਪਾਈਦੇ ਨਾ ਕੱਲੇ। ਹਾਂ, ਇਹ ਉਹਨਾਂ ਦਾ ਪਲਿਆ, ਇਹ ਉਹਨਾਂ ਦਾ ਪਲਿਆ ਵਾ। ਬੱਚੇ ਨੇ ਸੋਹਣਾ ਮਾਲ ਹੈ, ਚੰਗਾ ਮਾਲ ਲੈਂਦਾ ਤੇ ਨੰਬਰ ਲੈ। ਨੰਬਰ ਦੱਸ। 0031 ਤੇ 98-55-228 0031-98-55-228 ਇਹ ਨੰਬਰ ਦੇ। ਅੱਛਾ, ਮਾਸ਼ਾਅੱਲਾ ਕਿੰਨੇ ਬੱਚੇ ਖੜੇ ਜੇ? ਆਪਣੇ ਬੱਚੇ ਖੜੇ ਨੇ ਹੁਣ 17 ਬੱਚਿਆਂ ਦੀ ਆਪਾਂ ਲਾਟ ਲੈ ਕੇ ਆਏ। 16 ਜੇ ਗੁੱਸਦੇ ਪਏ ਜੀ। 16 ਬੱਚਿਆਂ ਦੀ। ਅੱਛਾ, 16 ਬੱਚਿਆਂ ਦੀ ਲਾਟ ਹੈ ਜੀ। 16 ਬੱਚੇ ਨੇ ਤੇ ਲਾਲ ਸੁਰਖ ਬੱਚੇ ਨੇ, ਸੀਲ ਸ਼ਰਾਬ ਬੱਚੇ ਨੇ, ਚੰਗੇ ਬੱਚੇ ਸੋਹਣੇ ਲੈ ਕੇ ਆਏ। ਅੱਛਾ ਅੱਛਾ, ਕੀ ਬਾਤ ਹੈ। ਵੱਡੇ ਮੁੰਡੇ ਤੋਂ ਹੱਟ ਤੇ ਆਪਾਂ ਇਹਨਾਂ ਨੂੰ ਪੱਠਿਆਂ ਤੇ ਪਾਲਿਆ। ਅੱਛਾ, ਪੱਠਿਆਂ ਤੇ ਪਾਲਿਆ। ਹਾਂਜੀ, ਸੋਹਣੇ ਬੱਚੇ ਨੇ ਤੇ ਕੋਈ ਭਰਾ ਰਾਬਤਾ ਕਰੇ ਤੇ ਲੈ ਕੇ ਜਾਵੇ। ਠੀਕ ਹੈ। ਅੱਛਾ, ਤੇ ਮਾਸ਼ਾਅੱਲਾ ਬੱਚੇ ਤੁਸੀਂ ਦੇਸੀ ਖੁਰਾਕ ਤੇ ਪਾਲੇ ਨੇ? ਹਾਂਜੀ। ਤੇ ਇਲਾਕਿਆਂ ਚੋਂ ਲੈ ਕੇ ਆਏ ਜੀ? ਇਲਾਕਿਆਂ ਚੋਂ ਆਪਾਂ ਲੱਭ ਕੇ ਲਿਆਏ ਨੇ, ਕੋਈ ਆਪਦੇ ਵੀ ਸਨ 5-7। ਅੱਛਾ। ਕੋਈ ਆਪਾਂ ਇੱਥੋਂ ਸੱਜੇ ਖੱਬੇ ਜ਼ਿਮੀਂਦਾਰਾਂ ਕੋਲ ਖਰੀਦੇ ਨੇ ਤੇ ਪੱਠਿਆਂ ਦੇ ਪਲੇ ਨੇ, ਇਹ ਵੰਡਾ ਮੁੰਡਾ ਆਪਾਂ ਇਹਨਾਂ ਨੂੰ ਪਾਇਆ ਹੀ ਨਹੀਂ। ਅੱਛਾ। ਜਾਂ ਕਣਕ ਜਿਹੜੀ ਨਾ ਇਹ ਦਲਾਗ ਥੋੜਾ ਥੋੜਾ ਮਾਰ ਲਿਓ, ਪੱਠੇ ਮੁੜ ਚੰਗੇ ਨਾ ਰੱਜ ਕੇ ਖਾ ਲੈਂਦੇ ਨੇ। ਰੱਜ ਕੇ ਖਾ ਲੈਂਦੇ ਨੇ ਤੇ ਮਾਸ਼ਾਅੱਲਾ ਵੇਲੇ ਮੋਟੇ ਨੇ ਤੇ ਲਾਲ ਸੁਰਖ ਬੱਚੇ ਨੇ। ਲਾਲ ਸੁਰਖ, ਵਾਕਿਆ ਇਹ ਤੇ ਗੱਲ ਮੰਨਣ ਵਾਲੀ ਹੈ। ਸੋਹਣਾ ਡੰਗਰ ਨੇ ਤੇ ਇਹਨਾਂ ਦਾ ਰੇਟ ਹੈਗਾ ਦੇ 1,80,000 ਰੁਪਇਆ। 1,80,000 ਰੁਪਇਆ। ਕੁਰਬਾਨੀ ਦਾ ਮੌਕਾ ਹੈ, ਤੋਲ ਨਾਲ ਕੁਰਬਾਨੀ ਨਹੀਂ ਹੁੰਦੀ, ਸ਼ੌਕ ਨਾਲ ਕੁਰਬਾਨੀ ਹੁੰਦੀ। ਸਹੀ ਹੈ। ਤੇ ਅੰਦਾਜ਼ੇ ਨਾਲ ਹੁੰਦੀ। ਬਿਲਕੁਲ ਸਹੀ। ਤੇ ਭੱਜ ਭੱਜ ਕੇ ਆਓ, 1-2-4 ਦਿਨ ਰਹਿ ਕੇ ਨੇ ਆਦਾ ਲੈ ਕੇ ਜਾਓ, ਕੁਰਬਾਨੀਆਂ ਕਰੋ। 1,80,000 ਦਿੰਦੇ ਪਏ ਜੀ? ਹਾਂਜੀ ਹਾਂਜੀ। ਤੇ ਵਿੱਚ ਡਿਲੀਵਰੀ ਵੀ ਹੈਗੀ? ਕੋਈ ਡਿਲੀਵਰੀ ਪੂਰੇ ਪਾਕਿਸਤਾਨ ਦੀ, ਪੂਰੇ ਪਾਕਿਸਤਾਨ ਦੀ ਲਾਟ ਕੋ ਲੈ ਕੇ ਜਾਵੇ, ਪੂਰੇ ਪਾਕਿਸਤਾਨ ਦੀ ਪੂਰੀ ਲਾਟ ਕੋ ਲੈ ਕੇ ਜਾ। ਅੱਛਾ, ਪੂਰੀ ਲਾਟ ਹੈ ਜੀ, ਪੂਰੇ ਪਾਕਿਸਤਾਨ ਦੀ ਡਿਲੀਵਰੀ? ਹਾਂਜੀ। ਅਗਰ ਉਹ ਵਿੱਚੋਂ ਚੁਣ ਕੇ ਲੈਂਦਾ ਹੈ ਫਿਰ ਡਿਲੀਵਰੀ ਦਿਓਗੇ? ਨਾ ਜੀ, ਨਾ ਡਿਲੀਵਰੀ ਤੇ ਨਾ ਇਹ ਰੇਟ, ਉਹਦਾ ਮੁੱਲ ਅਲੱਗਾ ਹੋਵੇਗਾ। ਸਹੀ, ਬਿਲਕੁਲ ਸਹੀ ਆ ਗੱਲ ਹੈ ਨਾ, ਸਮਝਣ ਵਾਲੀ ਹੋ ਗਈ। 16 ਕੋ ਲੈ ਕੇ ਜਾਵੇ ਤਾਂ ਆਪਾਂ ਦੇਣੀ ਡਿਲੀਵਰੀ। ਅੱਛਾ, 16 ਵਛਲ ਜਾਂਦਾ ਪੂਰਾ ਪਾਕਿਸਤਾਨ ਡਿਲੀਵਰੀ? ਹਾਂਜੀ। ਅਗਰ ਇੱਕਾ ਦੁੱਕਾ ਲੈ ਕੇ ਜਾਂਦਾ ਫਿਰ ਇੱਕ ਪਾਸੇ? ਇੱਕ ਪਾਸੇ ਉਹਦੇ ਆਪਦਾ ਹੀ ਉਹਦੀ ਪਹੁੰਚ ਹੋਵੇ ਦੀ, ਦੂਜੀ ਗੱਲ ਇਹ ਵੀ ਉਹਦਾ ਰੇਟ ਅਲੱਗ ਹੋਵੇਗਾ, ਉਹਦਾ ਰੇਟ ਅਲੱਗ ਹੋਵੇਗਾ, ਹਾਂ ਵੱਖਰਾ ਹੋਵੇਗਾ। ਅੱਛਾ ਅੱਛਾ, ਮਾਸ਼ਾਅੱਲਾ ਜੀ, ਕੀ ਬਾਤ ਹੈ। ਵਛੇ ਚੈੱਕ ਕਰ ਲਓ ਤਸੱਲੀ ਦੇ ਨਾਲ, ਚੀਜ਼ਾਂ ਚੈੱਕ ਕਰੋ, ਕੁਆਲਿਟੀ ਚੈੱਕ ਕਰੋ, ਕਿਉਂਕਿ ਗੱਲਾਂ ਨਾਲ ਨਹੀਂ ਹਰ ਚੀਜ਼, ਮਿਆਰ ਨਾਲ ਕੁਆਲਿਟੀ ਨਾਲ ਸਭ ਕੁਝ ਚੱਲਦਾ। ਵੇਖੋ ਨਾ ਮਾਸ਼ਾਅੱਲਾ, ਜਿਸ ਤਰੀਕੇ ਦੱਸਦੇ ਪਏ ਨੇ, ਪੂਰਾ ਪਾਕਿਸਤਾਨ ਡਿਲੀਵਰੀ ਦੇਵਾਂਗੇ ਅਸੀਂ।
ਪੂਰੇ ਪਾਕਿਸਤਾਨ ਦਿੱਲੀ ਜਾਣੀ ਸੌਖੀ ਗੱਲ ਨਹੀਂ। 1 ਲੱਖ ਚ ਕਿੰਨੇ ਦਾ? 80,000। 1,80,000 ਦਾ ਵੱਛਾ ਗੋਸ਼ਤ ਕਿੰਨਾ ਹੈਗਾ? 4.5 ਮਣ ਤੇ 4 ਮਣ। 4.5 ਮਣ ਵੱਛਾ, ਮਾਸ਼ਾਅੱਲਾ। ਚੈੱਕ ਕਰੋ ਜੀ, ਤਸੱਲੀ ਨਾਲ ਸ਼ੌਕ ਕਰਵਾ ਰਹੇ ਹਾਂ ਤਾਂ ਕਿ ਸ਼ੌਕ ਕਰਵਾਉਣਾ ਲਾਜ਼ਮੀ ਮੇਰਾ ਕੰਮ ਹੈ ਜੀ। ਮਾਸ਼ਾਅੱਲਾ, ਕਿਆ ਕਹਿਣੇ ਜੀ। ਤੇ ਅੱਛਾ, ਹੁਣ ਅਗਰ ਕੋਈ ਦੋਸਤ ਰਾਤ ਇੱਕਾ ਦੁੱਕਾ ਲੈ ਕੇ ਜਾਂਦਾ, ਫਿਰ ਦੁੱਕਾ ਕੋਈ ਲਵੇਦਾ ਪਹੁੰਚ ਉਹਨੂੰ ਆਪਣੀ ਹੋਵੇ ਦੀ, ਮੁੱਲ ਉਹਦਾ ਉੱਤੇ ਆਵੇ, ਮੁੱਲ ਉਹਦਾ ਅਲੱਗ ਹੋਵੇਗਾ। ਅੱਛਾ, ਉਹਦਾ ਰੇਟ ਵੱਖਰਾ ਹੋਵੇਗਾ, ਵੱਖਰਾ ਹੋਵੇਗਾ, ਜੇ ਜਾਂ ਪਸੰਦ ਕਰੇਗਾ ਉਹਦਾ ਰੇਟ ਬਣ ਜਾਏ। ਠੀਕ ਹੈ। ਇਹਨਾਂ ਬੱਚਿਆਂ 'ਚ ਕੋਈ ਦਾਗ ਡੱਬਾ, ਕੋਈ ਮਸਲਾ ਕਿਉਂ ਕੁਰਬਾਨੀ ਦੇ ਬੱਚੇ? ਬਿਲਕੁਲ ਬਿਲਕੁਲ ਜੀ, ਕੋਈ ਦਾਗ ਡੱਬਾ ਹੋਵੇ ਉਹ ਆਪਣਾ ਇੱਥੇ ਛੱਡ ਕੇ ਜਾਵੇ, ਦਾਗ ਡੱਬੇ ਤੋਂ ਬਗੈਰ ਆਪਾਂ ਬੱਚਾ ਬਿਆਨ ਇਹ ਨਹੀਂ ਵੀ ਦਾਗ ਡੱਬੇ ਆਉਂਦੇ ਆ। ਅੱਛਾ ਅੱਛਾ, ਦਾਗ ਡੱਬਿਆ ਨਹੀਂ ਹੋਏਗਾ? ਨਾ ਜੀ, ਦੋਂਦੇ ਨੇ ਸਾਰੇ, ਦੋਂਦੇ ਸਾਰੇ, ਦੋਂਦੇ ਜੈਨਮਨ, ਦੋਂਦੇ ਇਹਦੇ ਚੋਗਾ ਇੱਕ ਨਹੀਂ ਹੈਗਾ। ਕਿਆ ਬਾਤ ਹੈ, ਥੋੜ੍ਹਾ ਅੱਗੇ ਚਲੇ ਚਲੋ ਨਾ ਬੱਚੇ, ਆਪਾਂ ਵਿਖਾਈ ਚੱਲੀਏ ਨਾ। ਵੇਖੋ ਦੋਸਤ ਦਰਾਜ ਦਾ ਨੰਬਰ ਹੈ 0301-9852-228। ਇਰਫਾਨ ਕੈਟਲ ਫਾਰਮ ਦੇ ਬੱਚੇ ਮੌਜੂਦ ਖੜੇ ਨੇ, ਉਹਨਾਂ ਦੇ ਵਾਲ ਸਾਹਿਬ ਤੁਹਾਨੂੰ ਦੱਸ ਰਹੇ ਨੇ। ਮਾਸ਼ਾਅੱਲਾ, ਅੱਗੇ ਲਾਡ ਲਿਆਂਦੀ ਸੀ ਉਹ ਵਿਕ ਗਈ ਹੈ, ਹੁਣ ਨਵੇਂ ਬੱਚੇ ਲੈ ਤੇ ਆਏ, ਜਿਹੜੀ ਕੱਲ ਵੀਡੀਓ ਬਣਾਈ ਸੀ ਉਹ ਕੱਲ ਵਾਲੇ ਵਿਕ ਗਏ ਨੇ, ਇਹ ਨਵਾਂ ਮਾਲ ਆਇਆ, ਇਹ ਅੱਜ ਲੱਥਾ ਰਾਤ। ਅੱਛਾ, ਅੱਜ ਰਾਤ ਲੱਥਾ ਮਾਲ। ਮਾਸ਼ਾਅੱਲਾ ਬੱਚੇ ਤੁਹਾਡੇ ਮਾਸ਼ਾਅੱਲਾ ਚੰਗੇ ਤਕੜੇ ਨੇ, ਦੋਸਤ ਰਾਤ ਲੈਣਾ ਚਾਹੁੰਦੇ ਜਲਦੀ ਨਾਲ ਰਾਬਤਾ ਕਰੋ। ਅੱਛਾ, ਹੁਣ ਜਿਵੇਂ ਮਿਸਾਲ ਤੌਰ ਇਹ ਬੱਚਾ ਖੜਾ ਇਕੱਲਾ, ਆਹ ਕੋਈ ਬੱਚਾ ਲਵੇ, ਫਿਰ ਆਹ ਕੋਈ ਬੱਚਾ ਲਵੇ ਤਾਂ ਆਪਾਂ ਆਹ ਲਵੇ ਤੇ 90,000 ਨਾਲ ਦਿਆਂ, 1,90,000 ਦਾ, 1,90,000 ਦਾ। ਤੇ ਆਹ ਜਿਹੜੇ ਉਸ ਤੋਂ ਅਗਲਾ ਆਹ ਦਿਆਂ ਦਿਆਂ 85,000 ਨਾਲ, 1,85,000 ਦੇ, ਉਸ ਤੋਂ ਅਗਲਾ ਇਹ ਆਪਾਂ ਦੇ ਦਿਆਂ 90 ਦਾ, ਇਹ ਵੀ 1,90,000 ਦਾ, ਤੇ ਆਹ ਆਹ 80 ਦਾ, 1,80,000 ਦਾ, ਉਸ ਤੋਂ ਅਗਲਾ ਉਹ ਵੀ 80 ਦਾ। ਲਓ ਜੀ, 1,80,000 ਦਾ, ਯਾਨੀ ਕਿ ਮੁਖਤਲਫ ਚੋਇਸ, ਮੁਖਤਲਫ ਰੇਟ, ਆਪਣੀ ਪਸੰਦ ਨਾਲ ਬੱਚੇ ਜਾਣੇ ਨੇ। ਮਾਸ਼ਾਅੱਲਾ ਜੀ, ਇਹ ਬੋਲਿਆ। ਤੇ ਦੋਸਤ ਬਰਾਬ ਜਿਹੜੇ ਘਰ ਸੁੱਤੇ ਪਏ ਨੇ, ਉਹਨਾਂ ਉਠਾਉਣਾ ਚਾਹੀਦਾ ਜੀ? ਉਠਾਉਣਾ ਚਾਹੀਦਾ, ਜਲਦੀ ਜਲਦੀ ਆਏ, ਕੁਰਬਾਨੀਆਂ ਕਾਇਮ ਕਰਨ, ਘਰ ਲੈ ਕੇ ਜਾ ਕੇ ਬੰਨਣ, ਬੰਨਣ ਨਾਲ ਬੂਲ ਖੇਡਣ, ਚਾਰ ਦਿਨ ਮੁੜ ਕੁਰਬਾਨੀ ਹੋ ਜਾਏ, ਸ਼ੌਕ ਪੂਰੇ ਕਰ ਲੈਣ। ਅੱਛਾ, ਮੈਂ ਪੁੱਛਣਾ ਚਾਹਣਾ, ਕੋਈ ਵੱਛਾ ਮਾਰਦਾ ਤਾਂ ਨਹੀਂ ਦਾ? ਬਿਲਕੁਲ ਸੀਲ ਸ਼ਰਾਬ ਵੱਛੇ ਨੇ, ਕੋਈ ਮਾਰਦਾ ਵੱਛਾ ਆਪਾਂ ਕਦੇ ਖਰੀਦਿਆ ਹੀ ਨਹੀਂ ਤੇ ਨਾ ਬਾਹਰੋਂ ਲਿਆਂਦਾ। ਅੱਛਾ ਅੱਛਾ, ਆਪਾਂ ਜਾਈਦਾ ਚੋਲਸਤਾਨ ਤੇ ਸੂਜਾਬਾਦ, ਫਿਰ ਫਿਰ ਕੇ ਉਧਰੋਂ ਲਿਆਈਦਾ, ਉੱਕਾ ਦੁੱਕਾ ਇਕੱਠੇ ਕਰਦੇ ਰਹੀਦਾ, ਤੇ ਉੱਥੇ ਅੱਡੇ ਬਣੇ ਨੇ, ਬੰਦੇ ਹੈਗੇ ਨੇ, ਕਿਸੇ ਕੋਲ 4 ਛਾਲ ਲੈ, ਕਿਸੇ ਕੋਲ 5 ਛਾਲ ਲੈ, ਕਿਸੇ 2 ਛਾਲ ਲੈ, ਇਸ ਹਿਸਾਬ ਨਾਲ ਆਪਾਂ ਲਿਆਈਦੇ। ਆਪਾਂ ਵੰਡੇ ਮੁੰਡੇ ਵਾਲਾ ਨਹੀਂ ਲਿਆਈਦਾ, ਜੂੰ ਦੇ ਲਿਆਈਦੇ ਲੱਭ ਲੱਭ ਕੇ। ਅੱਛਾ, ਸਮਝੀ ਗਾ, ਹੋਰ ਤਾਂ ਹੁਣ ਫਾਰਮ ਭਰੇ ਪਏ ਨੇ, ਹਰ ਥਾਂ ਤੇ ਲੱਗੇ, ਗੱਡੀ ਫੜੋ ਪੀਆਂ ਲੱਗੇ ਹੋ, ਆਪਾਂ ਇਕੱਲਾ ਇਕੱਲਾ 2-2 ਇਕੱਠੇ ਕਰਕੇ ਲਿਆਈ। ਅੱਛਾ, ਆਪਣੇ 2-4 ਦਿਨ ਲੱਗ ਜਾਂਦੇ ਨੇ ਮਾਲ ਖਰੀਦਣ ਲੱਗਿਆ, ਖਰੀਦਣ ਲੱਗਿਆ। ਹਾਂਜੀ, ਮਾਸ਼ਾਅੱਲਾ ਜੀ, ਲੋਕੇਸ਼ਨ ਦੁਬਾਰਾ ਦੱਸ ਦੇਣਾ ਜੀ, ਕੌੜੇ ਸਿਆਲ ਪੈਟਰੋਲ ਚੌਂਕੀ, ਡਾਕਖਾਨਾ ਰਾਜੋਵਾਲ, ਤਹਿਸੀਲ ਦਪਾਲਪੁਰ, ਜ਼ਿਲ੍ਹਾ ਉਕਾੜਾ। ਅਗਰ ਕੋਈ ਦੋਸਤ ਰਾਤ ਆਉਣਾ ਚਾਹੁੰਦਾ, ਨੰਬਰ 0301-9852-228, ਕਿਉਂ ਵੀ ਵਿਛੋੜਾ, ਹਾਂਜੀ ਹਾਂਜੀ, ਇਹ ਨੰਬਰ ਹੈ ਜੀ, ਜਲਦੀ ਕਰੋ, ਫਾਇਦਾ ਉਠਾ ਲਓ। ਮਾਸ਼ਾਅੱਲਾ, ਚੈੱਕ ਕਰੋ ਜੀ। ਅੱਛਾ, ਮਾਲ ਚੈੱਕ ਕੀਤੀ ਹੋ ਜੀ ਸਲੀਨਾ। ਅੱਛਾ, ਇਹਨਾਂ ਦਾ ਰੇਟ ਨਹੀਂ ਦੱਸਿਆ ਜੀ, ਇਹ ਕਲਾ ਬੱਚਾ ਕੋਈ ਲਵੇ ਫਿਰ? ਆਹ ਕਲਾ ਬੱਚਾ ਲਵੇ ਤੇ 2 ਲੱਖ ਦਾ। ਅੱਛਾ, ਆਹ ਅਗਲਾ ਵੀ 2 ਲੱਖ ਦਾ, ਅਗਲਾ ਜਿਹੜਾ 85,000 ਦਾ। ਅੱਛਾ, ਜਿਹੜਾ ਆਹ ਹੈ, ਆਹ ਬੱਚਾ ਜਿਹੜਾ ਇਹ 95,000 ਦਾ, 1,95,000। ਉਹ ਵਿੱਚ ਕੋਈ ਤਗੜੇ ਆਏ, ਕੋਈ ਹੌਲਾ ਆਏ, ਕੋਈ ਭਾਰਾ ਆਏ, ਸਾਰੇ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਬਿਲਕੁਲ ਸਹੀ ਗੱਲ ਹੈ, ਮੈਂ ਕੱਲਾ 1,85,000 ਦਾ, ਨਹੀਂ ਨਹੀਂ, ਇਕੱਲੇ 85,000 ਦਾ। ਅੱਛਾ, 1,85,000 ਦਾ, ਵਾਹ ਜੀ ਵਾਹ। ਮਾਸ਼ਾਅੱਲਾ, ਚੈੱਕ ਕਰੋ ਸਲੀ ਦੇ ਨਾਲ, ਬੱਚੇ ਸੋਹਣੇ ਨੇ, ਕੱਦ ਕਾਰਡ ਵਾਲੇ ਸੋਹਣੇ ਬੱਚੇ, ਗੋਲ ਗੋਲ ਬੱਚੇ, ਮੇਨ ਰੋਡ ਚੱਲ ਰਿਹਾ, ਇਸ ਰੋਡ ਦੇ ਉੱਤੇ ਬੱਚੇ ਖੜੇ ਨੇ ਜੀ। ਛੇਤੀ ਕਰ ਲਓ, ਲੁੱਟ ਲਓ ਮੌਜਾਂ ਤੇ ਲੈ ਲਓ ਨਜ਼ਾਰੇ, ਤੇ ਅੱਗੇ ਅੱਗੇ ਆ ਜਾਓ ਬੁੱਲੇ ਹਨੀਫ ਕੋ ਸਾਰੇ।
ਐਵੇਂ ਗੱਲ ਹੈ? ਹਾਂਜੀ ਹਾਂਜੀ। ਤੇ ਹੁਣ ਮਿਹਨਤ ਕਰਨਾ, ਲਾਲ ਹੈ ਤੇ ਲਾਲ ਹੈ। ਹਾਂ ਕੀ ਹੈ? ਲਾਲ ਹੈ ਤੇ ਲਾਲ ਹੈ। ਹਾਂ ਵਾਕਈ ਜਿਹੜੇ ਬੱਚੇ ਲਾਲ ਨੇ, ਮਿਹਨਤ ਆਪਾਂ ਲਿਆਈ ਦੇ ਲਾਲ। ਹਾਂ ਮੇਰੇ ਭਰਾ ਇਹ ਪਸੰਦ ਵੀ ਕਰਦੇ ਨੇ, ਪਸੰਦ ਕਰਦੇ ਚੋਖਾ ਲਾਲ ਲਾਲ ਨੇ। ਤੇ ਮਿਹਨਤ ਕਰਨਾ, ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ, ਚੰਗੀ ਲੱਗਦੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਦੋਵਾਂ 'ਚ ਯਾਦ ਰੱਖੋ। ਨੈਕਸਟ ਵੀਡੀਓ ਤੱਕ ਇੰਤਜ਼ਾਰ ਕਰੋ ਆਪਣੇ ਬਾ ਇਹ ਜੀ ਦਿਖਾਉਣ ਦਿਓ ਜਾਸ। ਅਸਲਾਮ ਵਾਲੇਕੁਮ ਰਹਿਮਤੁੱਲਾ ਬਰਕਾਤ।